ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਨੇ? ਬਾਬਿਓ ਠੀਕ ਹੋ? ਫਿੱਟ ਹੋ? ਸਿਹਤ ਤਬੀਤਾਂ ਠੀਕ ਠਾਕ ਨੇ? ਅੱਜ ਅਸੀਂ ਰਾਜਾ ਰਜ਼ਾਕ ਦੇ ਡੇਰੇ 'ਤੇ ਆਏ ਹਾਂ ਤਾਂ ਰਾਜਾ ਰਜ਼ਾਕ ਸਾਹਿਬ ਕੁਛ ਅਰਸ਼ਾਦ ਫਰਮਾਉਣਾ ਚਾਹੁੰਦੇ ਨੇ। ਰਾਜਾ ਸਾਹਿਬ ਜ਼ਰਾ ਅਰਸ਼ਾਦ ਫਰਮਾਇਓ, ਕੀ ਕਹਿਣਾ ਚਾਹ ਰਹੇ ਹੋ? ਅੱਛਾ ਯਾਰ, ਅੱਜ ਅਸੀਂ ਆਏ ਹਾਂ ਭਾਈ, ਰਾਜਾ ਰਜ਼ਾਕ ਡੇਰੇ 'ਤੇ ਆਏ ਹਾਂ ਅਤੇ ਵਿਹਲੇ ਆ ਕੇ ਸੀ। ਇਸੇ ਚਲੋ ਰਾਜਾ ਸਾਹਿਬ ਨੂੰ ਦੁਆ ਸਲਾਮ ਕਰ ਆਈਏ। ਸਾਡੇ ਬੜੇ ਅੱਛੇ ਦੋਸਤ ਹੈਗੇ ਨੇ, ਭਰਾ ਹੈਗੇ ਨੇ ਸਾਡੇ, ਇਹਨਾਂ ਤੋਂ ਬਗੈਰ ਦਿਲ ਵੀ ਨਹੀਂ ਕਰਦਾ ਸਾਡਾ ਇੱਥੇ ਰਹਿਣ ਦਾ। ਅਤੇ ਇਹਨਾਂ ਨੂੰ ਵੇਖ ਕੇ ਇੱਕ ਸ਼ੇਅਰ ਯਾਦ ਆ ਜਾਂਦਾ ਵਾ। ਅਰਸ਼ਾਦ ਫਰਮਾ, ਅਰਸ਼ਾਦ ਕਰ, ਹਮੇ ਤੋ ਆਪਣੇ ਨੂੰ ਲੂਟਾ, ਹਮੇ ਤੋ ਆਪਣੋ ਨੇ ਲੂਟਾ, ਇਤਨਾ ਲੂਟਾ, ਇਤਨਾ ਲੂਟਾ ਕਿ ਗੈਰੋ ਕੀ ਬਾਰੀ ਹੀ ਨਹੀਂ ਆਈ। ਉਨਕੇ ਪੁਦੀਨੇ ਕੇ ਬਾਗ ਥੇ। ਅੱਛਾ, ਉਸਮੇ ਸ਼ੇਰ ਬੋਲੇ ਗੋਗੋ ਕੀ ਤਰ੍ਹਾਂ। ਹਾਂ, ਸਮਝ ਆਈ? ਵੈਸੇ ਸਮਝ ਆਈ ਨੀ ਕਿ ਸਵਾਦ ਆ ਗਿਆ। ਚੱਲ ਦੁਬਾਰਾ ਫੇਰ ਇਹ ਬੰਦਾ ਲੌਜਿਕ ਵਾਲੀ ਗੱਲ ਨਾ ਕਰੇ, ਸਮਝਾ ਰਿਹਾ। ਊਂਠ ਅਗਰ ਪਹਾੜ ਦੇ ਪਿੱਛੇ ਚਲਾ ਜਾਏ ਨਾ ਤਾਂ ਊਂਠ ਨਜ਼ਰ ਨਹੀਂ ਆਉਂਦਾ। ਜੀ ਜੀ ਸਾਹਿਬ, ਵਧੀਆ ਗੱਲ। ਅਖੇ ਅਗਰ ਅੱਖ ਦੇ ਅੱਗੇ ਕੱਖ ਆ ਜਾਵੇ ਨਾ ਤਾਂ ਉਹ ਪਹਾੜ ਨਜ਼ਰ ਨਹੀਂ ਆਉਂਦਾ। ਤੇ ਜਾਟ ਸਾਹਿਬ ਕਹਿ ਕੇ ਅੱਗੋ ਬੰਦਾ ਕਹਿੰਦਾ ਲੱਗਦਾ ਉਹ ਕਹਿੰਦੇ ਸਾਡੀ ਯਾਰ ਅਮਰ ਭਾਈ, ਬੜੀ ਮਿਹਰਬਾਨੀ ਤੇਰੀ। ਇਹ ਹੁਣ ਮੈਨੂੰ ਨਹੀਂ ਪਤਾ ਤੂੰ ਇੱਜ਼ਤ ਮੇਰੀ ਕਰ ਰਿਹਾ ਕਿ ਬੇਇੱਜ਼ਤੀ। ਜੇ ਮੈਂ ਹੁਣ ਗਾਲਾਂ ਕੱਢਾਂ ਤਾਂ ਫਿਰ ਮਾੜੀ ਗੱਲ ਆ, ਲੋਕ ਕਹਿਣਗੇ ਬਦਤਮੀਜ਼ ਆ। ਮੈਂ ਬਦਤਮੀਜ਼ ਨਹੀਂ ਹੈਗਾ। ਚਲੋ ਜੀ, ਇਹ ਅੱਜ ਦਾ ਸਾਡਾ ਵਲੋਗ ਇਹੀ ਸੀਗਾ ਜੀ। ਕੋਈ ਯਾਰਾਂ ਬੇਲੀਆਂ ਨਾਲ ਗੱਲਾਂ ਕਰਨੀਆਂ ਤਾਂ ਤੁਹਾਨੂੰ ਦੱਸਣੀਆਂ ਕਿ ਸਾਡਾ ਕੀ ਸ਼ੁਗਲ ਮੇਲਾ, ਸਾਡਾ ਕੀ ਤਿਲਕ ਆਪਸ ਦੇ ਵਿੱਚ। ਅਤੇ ਹੁਣ ਸਾਨੂੰ ਇਜਾਜ਼ਤ ਦਿਓ ਜੀ, ਮਿਹਰਬਾਨੀ। ਅੱਲਾ ਹਾਫਿਜ਼।